यही कह सकता भी एक बहुत ही खूबसूरत कलम पंजाब दे विचों उठ गई है। परमात्मा ने साथों वो कलम खोली है जिद तो हाले भी बहुत बड़िया संभावनावान सी। उन्होंने सारी जिंदगी पंजाबी मां बोली की सेवा की है। पहले अध्यापक रहे, मुड़ के गीतकारी दे विच कलियां लिखण दे विच, और हुण तां उह होर भी एक गाथा लिख रहे थे। मैनूं दस्सिया सी उन्होंने, पर मैनूं नहीं पता वो पूरी हुई है कि नहीं हुई है। मैं समझदा जिथे परिवार नूं बहुत बड़ा घाटा पिया उत्थे पंजाबी मां बोली दी सेवादार दे जाण करके पंजाबी प्यारे नूं बहुत बड़ा घाटा पिया। पर गुरु अपने चरणों च उन्होंने जगह देवे, ये नहीं कह सकता। उन्होंने केड़ा गीत है जिहड़ा पंजाबी लोग नहीं जानते? कुलदीप माणक जी ने, जो आप जी ने हमेशा ही नाल रहे, एक गीत उन्होंने जो शरीफ साहब ने उन्होंने गाया, बहुत लौंग नहीं बिछनी है तेरा नरमे जो कल लभ्या, वो बड़ी चलो बहुत पुरानी गल है। उदो बस मैं भी बच्चा सीगा जी, मेरा मतलब है भी वो बहुत अच्छे गीतकार, बहुत अच्छे पंजाबी मां बोली दे सेवादार, पंजाबी दा प्रसार करने वाले ऐसे कवि सन, ऐसे गीतकार सन। अज जदों साथों वो विछड़ गए ने, तो पंजाबी प्यारियां नूं, पंजाबी मां बोली दे प्यारियां नूं बहुत बड़ा घाटा पिया। वाहिगुरू अपने चरणों च उन्हां नूं जगह देवे और सानूं सारयां नूं भाणा मन्नण दा बल बख्शे। गल है भी अज जिहड़ी संगत इकट्ठी हुई है, साडे बहुत सत्कारयोग साडे उस्ताद गीतकार देव थरीकियां वाला भाजी, उन्हां दी याद भी रहूगी ਅਤੇ ਅੱਜ ਦਾ ਜਿਹੜਾ ਉਹਨਾਂ ਦਾ ਵਿਛੋੜਾ ਇਹ ਵੀ ਨਹੀਂ ਭੁੱਲਣ ਵਾਲਾ। ਬਾਕੀ ਦੇਵ ਤਰੀਕਿਆਂ ਵਾਲਾ ਕਿਸੇ ਨੇ ਬਣ ਨਹੀਂ ਜਾਣਾ, ਮੇਰਾ ਇੱਕ ਗੀਤ ਸੀ ਵੀ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ, ਇਹ ਦੇਵ ਭਾਈ ਦਾ ਸੀ। ਇਹਨੇ ਤਾਂ ਧਾਰਮਿਕ ਗੀਤ ਵੀ ਗਏ, ਗੀਤ ਕਾਫੀ ਮੈਂ ਗਾਏ ਵੀ, ਲੁੱਕ ਲੁੱਕ ਰੋਂਦੀ ਅੰਬੜੀ ਨਾਲੇ ਦਾਜ ਬਣਾਉਂਦੀ ਆ, ਲੱਖ ਹਿੱਸਾਂ ਦੀਆਂ ਤਹਿਹਾਂ ਵਿੱਚ ਸੰਦੂਕ ਦੇ ਪਾਉਂਦੀ ਆ, ਨਹੀਂ ਕੁੜੀ ਉਹਨੀ ਚਿੜੀ ਉਹ ਕੁਝ ਤਾਂ ਸੋਚ ਵਿਚਾਰ ਲਵੋ, ਮਾਵਾਂ ਕੋਲੋਂ ਲੋਰੀਆਂ ਬਾਬਲ ਕੋਲੋਂ ਪਿਆਰ ਲਵੋ। ਬੜੇ ਅੱਛੇ ਅੱਛੇ ਗੀਤ ਇਹਨਾਂ ਨੇ ਲਿਖੇ ਆ। ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ, ਮਾਣਕ ਸਾਹਿਬ ਨੇ ਰਹਿੰਦੀ ਦੁਨੀਆ ਤੱਕ ਰਹੂਗਾ ਗੀਤ, ਮੇਰੇ ਖਿਆਲ ਵੀ ਦੇਵ ਤਰੀਕੇ ਵਾਲੇ ਦਾ ਨਾਂ ਆ ਨਾ ਜਿਹੜਾ, ਇਹ ਵਾਜੀ ਸਾਡੇ ਉਸਤਾਦ ਲੋਕ ਨੇ, ਸਾਡੇ ਜਿੰਨੇ ਸਾਡੇ ਕਲਾਕਾਰ ਸਾਡੇ ਗੀਤਕਾਰ ਇਹਨਾਂ ਦਾ ਬਹੁਤ ਮਾਣ ਕਰਦੇ, ਆਮ ਸੱਜਣ ਵੀ ਇਹਨਾਂ ਦਾ ਬਹੁਤ ਮਾਣ ਕਰਦੇ। ਬਾਕੀ ਸਾਡੀ ਪੰਜਾਬੀ ਸੱਭਿਆਚਾਰ ਨੂੰ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਇਹਨਾਂ ਦਾ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਮਹਾਰਾਜ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੇ। ਘਾਟਾ ਤਾਂ ਜੀ ਨਾ ਬਿਆਨਿਆ ਜਾ ਸਕਦਾ, ਨਾ ਇਹ ਇਹਨੂੰ ਕਿਸੇ ਪੈਮਾਨੇ 'ਚ ਲਿਆਂਦਾ ਜਾ ਸਕਦਾ। ਇੱਕ ਪੰਜਾਬੀ ਸ਼ਾਇਰੀ ਦਾ, ਪੰਜਾਬੀ ਨਾਲ ਸੰਬੰਧਿਤ ਜੋ ਗੀਤਕਾਰੀ ਹੈ, ਉਹਨਾਂ ਦੀ ਇੱਕ ਸੰਸਥਾ ਸੀ, ਇਹ ਇਕੱਲਾ ਇੱਕ ਰਾਈਟਰ ਨਹੀਂ ਸੀ, ਮੈਂ ਸੰਸਥਾ ਸਮਝਦਾ। ਮੇਰੇ ਗੁਰੂ ਜੀ ਨੇ ਇਹ ਮੈਨੂੰ ਸਿਖਾਇਆ, ਸਿਖਾ ਕੇ ਮੈਂ ਸੁਪਰ ਸਟਾਰ ਮੈਨੂੰ ਗਾ ਰਹੇ ਹੈ। ਉਹ ਇਹਨਾਂ ਦੀ ਬਦੌਲਤੀ ਸੀ, ਮੈਂ ਹੋਰ ਵੀ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਸਿੱਖਿਆ ਵਾ ਇਹਨਾਂ ਦੇ ਗੀਤਾਂ ਨੂੰ ਸੁਣ ਕੇ। ਅਲੰਕਾਰ ਨੂੰ ਪਾਉਣਾ ਔਰ ਰੀਫ ਨੂੰ ਖਿੱਚਣਾ ਮੱਖਣੀ 'ਚੋਂ ਵਾਲ ਵਾਂਗੂ, ਇਹ ਕਲਾ ਸੀ ਇਹਨਾਂ ਨੇ ਮੈਨੂੰ ਦੱਸੀ। ਔਰ ਦੁਨੀਆ ਵੀ ਹੈਰਾਨ ਮੰਨਦੀ ਸੀ ਵੀ ਕਿਸ ਤਰ੍ਹਾਂ ਇਹ ਜਾਦੂਗਰੀ ਕਿਵੇਂ ਕਰਦੇ ਸੀ। ਮੈਂ ਤਾਂ ਉਹਨਾਂ ਨੂੰ ਜਾਦੂਗਰ ਕਹਿਣਾ। ਘਾਟਾ ਤਾਂ ਇੰਨਾ ਪਿਆ ਵਾ ਵੀ ਬਹੁਤ ਦੁਨੀਆ ਸਿੱਖ ਹਾਲੇ ਹੋਰ ਸਿੱਖਦੀ ਸੀ। ਮੈਂ ਵੀ ਕਈ ਬੰਦੇ ਭੇਜੇ, ਮੈਂ ਕਿਹਾ ਵੀ ਤੇਰਾ ਮਸਲਾ ਉਹ ਹੱਲ ਦੇਵ ਜੀ ਕਰ ਸਕਦੇ ਨੇ, ਮੈਨੂੰ ਇਹਨਾਂ ਨੇ ਸਿਖਾਇਆ, ਮੈਂ ਤਾਂ ਇਹਨਾਂ ਨੂੰ ਲੂੰ ਲੂੰ ਮੇਰਾ ਤਾਂ ਯਾਦ ਕਰਦਾ। ਘਾਟਾ ਵੀ ਬਹੁਤ ਪਿਆ ਵਾ, ਪਰ ਇਹ ਕੁਦਰਤ ਦਾ ਹੁਕਮ ਆ, ਇਹਨੂੰ ਕੋਈ ਘਾਟਾ ਪਤਾ ਪੂਰਾ ਨਹੀਂ ਹੋ ਸਕਦਾ। ਹਾਂ ਕੋਈ ਸ਼ੱਕ ਨਹੀਂ ਜੀ, ਆਹੀ ਤਾਂ ਇਹਨਾਂ ਦੀ ਸਿਫਤ ਵਾ। ਗੀਤਕਾਰੀ ਦੇ ਵਿੱਚ ਲੋਕਾਂ ਨੇ ਗੀਤ ਲਿਖੇ ਨੇ, ਉਹ ਮਿਕਸਅਪ ਜਿਹਾ ਕਰ ਦਿੰਦੇ ਨੇ ਵਿੱਚ, ਕਹਿ ਕੇ ਵੀ ਲੋਕਾਂ ਦੀ ਡਿਮਾਂਡ ਇਹੀ ਜੀ ਹੈ। ਜੇ ਕਿਸੇ 'ਤੇ ਸਵਾਲ ਕਰਦਾ ਵੀ ਇਹ ਲੱਚਰ ਕਿਉਂ ਲਿਖਿਆ, ਲੋਕ ਕਹਿੰਦੇ ਜੀ ਇਹ ਲੋਕਾਂ ਦੀ ਡਿਮਾਂਡ ਆ। ਇਹ ਕਹਿੰਦੇ ਸੀ ਡਿਮਾਂਡ ਡਿਮੂੰਡ ਕੋਈ ਨਹੀਂ, ਜੋ ਅਸੀਂ ਲਿਖਦੇ ਹਾਂ ਤਾਂ ਉਹੀ ਸੁਣਾ ਸਕਦੇ ਲੋਕਾਂ ਨੂੰ। ਔਰ ਇਹਨਾਂ ਨੇ ਲਿਖਿਆ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਸੁਣਾਇਆ, ਉਹ ਲੋਕਾਂ ਨੇ ਪਸੰਦ ਵੀ ਕੀਤਾ ਹੈ, ਅਤੇ ਉਸ ਪਾਸੇ ਨੂੰ ਨਹੀਂ ਗਏ ਹੈ ਵੀ ਪਸਾਵਾਂ ਪਸੰਦ ਕਰਾਉਣ ਦੀ ਜਾਂ ਸਟਾਰ ਬਣਨ ਦੀ ਖਾਤਰ। ਆਪਦੀ ਕਲਮ ਉਹਨਾਂ ਨੇ ਬਰਕਰਾਰ ਰੱਖਿਆ ਔਰ ਗੱਢ ਕੇ ਲਿਖਿਆ ਔਰ ਸਵਾਦ ਲਿਆ ਤਾ। ਇਸ ਪਿੰਡ ਦਾ ਵੀ ਬਹੁਤ ਮਾਣ ਹੋਇਆ ਪਿੰਡ ਨੂੰ, ਅੱਜ ਪਿੰਡ ਵਾਲਿਆਂ ਨੂੰ ਹੁਣ ਪਤਾ ਲੱਗਣਾ ਬਾਅਦ 'ਚ ਵੀ ਦੇਵ ਗਿਆ। ਇੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸੀ, ਫਿਲਮਾਂ ਵਾਲੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ, ਗੀਤਾਂ ਦੀ ਵੀਡੀਓ ਦੀ ਸ਼ੂਟਿੰਗ ਹੁੰਦੀ ਸੀ, ਅਤੇ ਉਹ ਆਉਂਦੇ ਰਹਿੰਦੇ ਸੀ ਇੱਥੇ ਪਿੰਡ 'ਚ। ਤਾਂ ਮੇਲੇ ਲੱਗੇ ਰਹੇ ਹੁਣ ਇੱਥੇ, ਮੇਰੇ ਕੋਲ 50-52 ਸਾਲ ਮੇਰੇ ਅੰਦਾਜ਼ਾ ਵੀ ਹੋ ਗਏ ਇਹਨਾਂ ਨੂੰ ਲਿਖਦਿਆਂ ਨੂੰ, ਅਸੀਂ ਜਦੋਂ ਛੋਟੇ ਜਿਹੇ ਹੁੰਦੇ ਸੀ। ਪੰਜਾਬੀ ਦੇ ਮਹਾਨ ਗੀਤਕਾਰ ਸਾਡੇ ਉਸਤਾਦ ਗੀਤਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਅੱਜ ਪੰਜਾਬੀ ਗੀਤਕਾਰੀ ਦਾ ਇੱਕ ਅੰਤ ਹੋ ਗਿਆ, ਪੰਜਾਬੀ ਗੀਤਕਾਰੀ ਦਾ ਇੱਕ ਅਧਿਆਇ ਸਮਾਪਤ ਹੋ ਗਿਆ, ਕਿਉਂਕਿ ਹਜ਼ਾਰਾਂ ਲੱਖਾਂ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਸੁਣ ਸੁਣ ਕੇ ਉਹਨਾਂ ਦੇ ਗੀਤਕਾਰ ਬਣੇ, ਉਹਨਾਂ ਦੇ ਗੀਤ ਨੂੰ ਦੁਨੀਆ ਦੇ ਕਰੋੜਾਂ ਅਰਬਾਂ ਲੋਕਾਂ ਨੇ ਮਾਣਿਆ।
उन्होंने बहुत सारे कलाकार पैदा किए। ऐसा गीतकार देव तरीकों वर्गा गीतकार या ऐसी शख्सियत दुनिया से कदे हजार लखा साल बाद पैदा होंगी है। तो अज यह जो खला पैदा होया ये पंजाबी गायकी विच पंजाबी गीतकारी विच कभी भी पूरा नहीं हो सकता, क्योंकि अज ऐ लगता कि अगे तो कला माणक गया सी, अज एक पूरा सभ्याचार का एक इतिहास ही खत्म हो गया, यानी इतिहास नवा एक जरा सी वो लिखा जाऊगा। अज तो बाद यानी पंजाबी जो गीतकार ने वो क्या करे भी एक वो असी हीरा गवाता, वो अखा तो अलोप हो गया जिन्होंने दर्शन दुनिया के कोने कोने तो लोग आते सी। अज बहुत सारे कलाकार शरदा के फुल भेट कर आए हैं। असी परमात्मा अगर दुआ करते हैं कि सच्चे पातशाह जिमें इस दुनिया से शानो शौकत रहे, इन्नी माण इज्जत रहे, आपके चरणा च भी इदा प्यार मुहब्बत नवास रखी। तो सब पिछे सारे उन्होंने शुभ चिंतकों, उन्होंने परिवार को, उन्होंने दोस्तों, उन्होंने मित्रों एंटरटेनमेंट नाल जुड़ी हर एक खबर लई साडा फेसबुक पेज बॉलीवुड तड़का पंजाबी लाइक करो, यूट्यूब चैनल सबसक्राइब करो ते इंस्टाग्राम पेज नू फॉलो करो।